ਤਾਂ ਕੱਲ ਤੁਹਾਡੇ ਬੱਚੇ ਸਕੂਲ ਨਹੀਂ ਜਾਣਗੇ। ਸੀਐਮ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਏ। ਸੀਐਮ ਮਾਨ ਦਾ ਕਹਿਣਾ ਹੈ ਕਿ ਠੰਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਦੇ 10ਵੀਂ ਤੱਕ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਏਡਡ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਸਾਰੇ ਸਕੂਲਾਂ ਨੂੰ 14 ਜਨਵਰੀ ਤੱਕ ਛੁੱਟੀਆਂ ਪੈ ਗਈਆਂ ਨੇ। ਤੁਹਾਡੇ ਬੱਚਿਆਂ ਦੇ ਲਈ ਅਹਿਮ ਖਬਰ ਹੈ। ਠੰਡ ਦੇ ਚੱਲਦਿਆਂ ਸਰਕਾਰ ਦੇ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 10ਵੀਂ ਕਲਾਸ ਤੱਕ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਕੜਾਕੇ ਦੀ ਠੰਡ ਕਾਰਨ। 14 ਜਨਵਰੀ ਤੱਕ ਇਹ ਛੁੱਟੀਆਂ ਲਗਾਤਾਰ ਚੱਲਣਗੀਆਂ, ਯਾਨੀ ਕਿ ਲੋਹੜੀ ਦੇ ਅਗਲੇ ਦਿਨ ਤੱਕ ਛੁੱਟੀ ਰਹੇਗੀ। 15 ਤਰੀਕ ਤੋਂ ਮੁੜ ਸਕੂਲ ਜਾਣਾ ਹੋਵੇਗਾ। ਤਾਂ ਦੱਸ ਦਈਏ, ਤੁਹਾਡੇ ਬੱਚਿਆਂ ਦੇ ਨਾਲ ਜੁੜੀ ਹੋਈ ਅਹਿਮ ਅਤੇ ਵੱਡੀ ਖਬਰ ਹੈ। ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਕੱਲ੍ਹ ਤੋਂ ਸਕੂਲ ਖੁੱਲ੍ਹਣੇ ਸੀ, ਪਹਿਲਾਂ ਵੀ 1 ਤਰੀਕ ਤੱਕ ਛੁੱਟੀਆਂ ਪਈਆਂ ਸੀ ਅਤੇ ਹੁਣ ਦੁਬਾਰਾ ਸਰਕਾਰ ਦੇ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਵਿੱਚ ਛੁੱਟੀਆਂ ਹੋ ਗਈਆਂ ਨੇ। ਕੱਲ੍ਹ ਤੁਹਾਡੇ ਬੱਚੇ ਸਕੂਲ ਨਹੀਂ ਜਾਣਗੇ। ਇੱਕ ਵਾਰ ਫਿਰ ਸਕੂਲਾਂ ਦੀਆਂ ਛੁੱਟੀਆਂ ਹੋ ਗਈਆਂ ਨੇ। ਵੱਧਦੀ ਠੰਡ ਦੇ ਚੱਲਦਿਆਂ ਇਹ ਅਹਿਮ ਫੈਸਲਾ ਲਿਆ ਗਿਆ ਹੈ, ਉਹ ਵੀ ਸੀਐਮ ਮਾਨ ਦੇ ਵੱਲੋਂ। ਉਹਨਾਂ ਨੇ ਖੁਦ ਟਵਿੱਟਰ 'ਤੇ ਅਤੇ ਫੇਸਬੁੱਕ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਸਕੂਲਾਂ ਦਾ ਸਮਾਂ ਚੇਂਜ ਕੀਤਾ ਗਿਆ ਸੀ, 1 ਤੋਂ 14 ਜਨਵਰੀ ਤੱਕ ਸਮਾਂ ਚੇਂਜ ਕੀਤਾ ਗਿਆ ਸੀ। 10 ਵਜੇ ਤੋਂ ਲੈ ਕੇ 3 ਵਜੇ ਤੱਕ ਸਕੂਲ ਲੱਗਦੇ ਸੀ। ਇਹ ਵੀ ਫੈਸਲਾ ਵੱਧਦੀ ਠੰਡ ਕਾਰਨ ਲਿਆ ਗਿਆ। ਪਰ ਹੁਣ ਦੇਖਿਆ ਜਾਵੇ ਕਿ ਪੂਰੇ ਸੂਬੇ ਭਰ ਦੇ ਵਿੱਚ ਕੜਾਕੇ ਦੀ ਧੁੰਦ ਪੈ ਰਹੀ ਹੈ, ਠੰਡ ਹੋ ਰਹੀ ਹੈ, ਤਾਂ ਹਾਦਸਿਆਂ ਨੂੰ ਦੇਖਦੇ ਹੋਏ ਅਤੇ ਬੱਚਿਆਂ ਦੀ ਪਰਵਾਹ ਕਰਦੇ ਹੋਏ ਸੀਐਮ ਮਾਨ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ। 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਨੂੰ ਛੁੱਟੀਆਂ ਹੋ ਗਈਆਂ ਨੇ। 11ਵੀਂ ਅਤੇ 12ਵੀਂ ਕਲਾਸ ਦੇ ਬੱਚੇ ਹਾਲੇ ਵੀ ਸਕੂਲ ਜਾਣਗੇ। ਸਿਰਫ 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਨੂੰ ਛੁੱਟੀਆਂ ਹੋਈਆਂ ਨੇ, ਚਾਹੇ ਉਹ ਸਰਕਾਰੀ ਸਕੂਲ ਹੋਵੇ ਚਾਹੇ ਪ੍ਰਾਈਵੇਟ, ਕੋਈ ਵੀ ਬੋਰਡ ਹੋਵੇ ਸਕੂਲ ਦਾ, ਸਾਰੇ ਸਕੂਲਾਂ ਨੂੰ ਪੰਜਾਬ ਦੇ ਵਿੱਚ ਛੁੱਟੀਆਂ ਪੈ ਗਈਆਂ ਨੇ। ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਅਤੇ ਹੁਕਮ ਵੀ ਜਾਰੀ ਕੀਤੇ ਗਏ ਨੇ। ਸਾਰੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੱਲ੍ਹ ਤੋਂ ਛੁੱਟੀਆਂ, 14 ਜਨਵਰੀ ਤੱਕ ਇਹ ਛੁੱਟੀਆਂ ਰਹਿਣਗੀਆਂ। ਉਸ ਤੋਂ ਬਾਅਦ ਸਕੂਲ ਮੁੜ ਪਹਿਲਾਂ ਦੇ ਵਾਂਗ ਲੱਗਣਗੇ। ਤਾਂ ਕੱਲ੍ਹ ਤੁਹਾਡੇ ਬੱਚੇ ਸਕੂਲ ਨਹੀਂ ਜਾਣਗੇ। ਸੀਐਮ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਸੀਐਮ ਮਾਨ ਦਾ ਕਹਿਣਾ ਹੈ ਕਿ ਠੰਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਦੇ 10ਵੀਂ ਤੱਕ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਏਡਡ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਸਾਰੇ ਸਕੂਲਾਂ ਨੂੰ 14 ਜਨਵਰੀ ਤੱਕ ਛੁੱਟੀਆਂ ਪੈ ਗਈਆਂ ਨੇ। ਤੁਹਾਡੇ ਬੱਚਿਆਂ ਦੇ ਲਈ ਅਹਿਮ ਖਬਰ ਹੈ। ਠੰਡ ਦੇ ਚੱਲਦਿਆਂ ਸਰਕਾਰ ਦੇ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 10ਵੀਂ ਕਲਾਸ ਤੱਕ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਕੜਾਕੇ ਦੀ ਠੰਡ ਕਾਰਨ। 14 ਜਨਵਰੀ ਤੱਕ ਇਹ ਛੁੱਟੀਆਂ ਲਗਾਤਾਰ ਚੱਲਣਗੀਆਂ, ਯਾਨੀ ਕਿ ਲੋਹੜੀ ਦੇ ਅਗਲੇ ਦਿਨ ਤੱਕ ਛੁੱਟੀ ਰਹੇਗੀ। 15 ਤਰੀਕ ਤੋਂ ਮੁੜ ਸਕੂਲ ਜਾਣਾ ਹੋਵੇਗਾ। ਤਾਂ ਦੱਸ ਦਈਏ, ਤੁਹਾਡੇ ਬੱਚਿਆਂ ਦੇ ਨਾਲ ਜੁੜੀ ਹੋਈ ਅਹਿਮ ਅਤੇ ਵੱਡੀ ਖਬਰ ਹੈ। ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਕੱਲ੍ਹ ਤੋਂ ਸਕੂਲ ਖੁੱਲ੍ਹਣੇ ਸੀ, ਪਹਿਲਾਂ ਵੀ 1 ਤਰੀਕ ਤੱਕ ਛੁੱਟੀਆਂ ਪਈਆਂ ਸੀ ਅਤੇ ਹੁਣ ਦੁਬਾਰਾ ਸਰਕਾਰ ਦੇ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਵਿੱਚ ਛੁੱਟੀਆਂ ਹੋ ਗਈਆਂ ਨੇ। ਕੱਲ੍ਹ ਤੁਹਾਡੇ ਬੱਚੇ ਸਕੂਲ ਨਹੀਂ ਜਾਣਗੇ। ਇੱਕ ਵਾਰ ਫਿਰ ਸਕੂਲਾਂ ਦੀਆਂ ਛੁੱਟੀਆਂ ਹੋ ਗਈਆਂ ਨੇ। ਵੱਧਦੀ ਠੰਡ ਦੇ ਚੱਲਦਿਆਂ ਇਹ ਅਹਿਮ ਫੈਸਲਾ ਲਿਆ ਗਿਆ ਹੈ, ਉਹ ਵੀ ਸੀਐਮ ਮਾਨ ਦੇ ਵੱਲੋਂ। ਉਹਨਾਂ ਨੇ ਖੁਦ ਟਵਿੱਟਰ 'ਤੇ ਅਤੇ ਫੇਸਬੁੱਕ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਸਕੂਲਾਂ ਦਾ ਸਮਾਂ ਚੇਂਜ ਕੀਤਾ ਗਿਆ ਸੀ,
1 ਤੋਂ 14 ਜਨਵਰੀ ਤੱਕ ਸਮਾਂ ਚੇਂਜ ਕੀਤਾ ਗਿਆ ਸੀ। 10 ਵਜੇ ਤੋਂ ਲੈ ਕੇ 3 ਵਜੇ ਤੱਕ ਸਕੂਲ ਲੱਗਦੇ ਸੀ। ਇਹ ਵੀ ਫੈਸਲਾ ਵੱਧਦੀ ਠੰਡ ਕਾਰਨ ਲਿਆ ਗਿਆ, ਪਰ ਹੁਣ ਦੇਖਿਆ ਜਾਵੇ ਕਿ ਪੂਰੇ ਸੂਬੇ ਭਰ ਦੇ ਵਿੱਚ ਕੜਾਕੇ ਦੀ ਧੁੰਦ ਪੈ ਰਹੀ ਹੈ, ਠੰਡ ਹੋ ਰਹੀ ਹੈ, ਤਾਂ ਹਾਦਸਿਆਂ ਨੂੰ ਦੇਖਦੇ ਹੋਏ ਅਤੇ ਬੱਚਿਆਂ ਦੀ ਪਰਵਾਹ ਕਰਦੇ ਹੋਏ ਸੀਐਮ ਮਾਨ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ। 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਨੂੰ ਛੁੱਟੀਆਂ ਹੋ ਗਈਆਂ ਨੇ। 11ਵੀਂ ਅਤੇ 12ਵੀਂ ਕਲਾਸ ਦੇ ਬੱਚੇ ਹਾਲੇ ਵੀ ਸਕੂਲ ਜਾਣਗੇ, ਸਿਰਫ 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਨੂੰ ਛੁੱਟੀਆਂ ਹੋਈਆਂ ਨੇ, ਚਾਹੇ ਉਹ ਸਰਕਾਰੀ ਸਕੂਲ ਹੋਵੇ ਚਾਹੇ ਪ੍ਰਾਈਵੇਟ, ਕੋਈ ਵੀ ਬੋਰਡ ਹੋਵੇ ਸਕੂਲ ਦਾ, ਸਾਰੇ ਸਕੂਲਾਂ ਨੂੰ ਪੰਜਾਬ ਦੇ ਵਿੱਚ ਛੁੱਟੀਆਂ ਪੈ ਗਈਆਂ ਨੇ। ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਅਤੇ ਹੁਕਮ ਵੀ ਜਾਰੀ ਕੀਤੇ ਗਏ ਨੇ। ਸਾਰੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੱਲ੍ਹ ਤੋਂ ਛੁੱਟੀਆਂ, 14 ਜਨਵਰੀ ਤੱਕ ਇਹ ਛੁੱਟੀਆਂ ਰਹਿਣਗੀਆਂ। ਉਸ ਤੋਂ ਬਾਅਦ ਸਕੂਲ ਮੁੜ ਪਹਿਲਾਂ ਦੇ ਵਾਂਗ ਲੱਗਣਗੇ।